ਗੁਰੂ ਭਾਈ ਇਹ ਕਿਸ ਤਰ੍ਹਾਂ ਦਾ ਹਮਲਾ ਤੁਹਾਡੇ, ਕਿਵੇਂ ਹੋਇਆ, ਕੀ ਕਹੇ? ਇਹ ਜਿਵੇਂ ਹਮਲਾ ਫੇਰ ਉੱਤੋਂ ਦੀ ਆਏ ਨੂੰ ਆ ਕੇ ਤੇ ਕੁੜੀਆਂ ਉੱਥੇ ਖੜੀਆਂ ਸੀ, ਸਾਡੇ ਗੁਰੂ ਪਾਣੀ ਭਰਦੇ, ਸਾਡੇ ਗੁਰੂ ਸਬਜ਼ੀ ਲੈਂਦੇ, ਸਾਰਾ ਕੁਛ। ਕੌਣ ਲੋਕ ਨੇ, ਕੀ ਨਾਂ ਉਹਨਾਂ ਦੇ? ਉਹਨਾਂ ਨਾਲ ਜੱਗੂ ਹੈ। ਹੋਰ ਦੂਜੇ ਦਾ ਨਾਂ ਕੀ ਹੈ? ਦੂਜੇ ਦਾ ਨਾਂ, ਇੱਕ ਦਾ ਨਾਂ ਸੋਨੂ ਹੈ। ਅੱਛਾ, ਤੇ ਹੋਰ ਕੋਈ ਲੜਕੀ ਵੀ ਉਹਨਾਂ ਦੀ? ਕੋਈ ਫਿਰ ਲੜਕੀ ਉਹਨਾਂ ਦੀ ਕੋਈ ਨਹੀਂ, ਆਪਣੀਆਂ ਨੇ ਇੱਜ਼ਤ ਨੂੰ ਕੁੜੀਆਂ। ਉਹਨਾਂ ਦੀ ਕੋਈ ਘਰਵਾਲ ਵੀ ਸੋਨੂ ਦੇ ਨਾਲ ਹੈਗੀ? ਹਾਂ, ਉਹਨਾਂ ਦੀ ਘਰਵਾਲ ਹੀ ਸੀ। ਕੀ ਨਾਂ ਦਾ? ਉਹਦਾ ਨਾਂ ਸੋਨੂ ਸੀ। ਅੱਛਾ, ਇਹ ਕਿਸ ਤਰ੍ਹਾਂ ਆ ਕੇ ਤੁਹਾਡੇ ਘਰ? ਤੇ ਉੱਤੋਂ ਦੀ ਆ ਕੇ ਨਾ ਗੇੜਾ ਕੱਢ ਕੇ ਕੋਠੇ ਦੇ ਮਗਰੋਂ ਤੇ ਕੁੜੀਆਂ ਦੀ ਇੱਜ਼ਤ ਨੂੰ ਪਾਈ ਖਾਲੇ, ਕੁੜੀਆਂ ਨੂੰ ਬਹੁਤ ਛਿੱਕਾ ਮਾਰੇ, ਉਹਨਾਂ ਦੀ ਇੱਜ਼ਤ ਲੁੱਟਣ ਨੂੰ ਗਏ, ਕੁੜੀਆਂ ਦੇ ਕੱਪੜੇ ਪਾੜ ਦਿੱਤੇ ਜੀ। ਮੈਂ ਬਾਲਣ ਲੈ ਕੇ ਆਈ ਰੋਲਾ ਪਿਆ ਖੜਾ ਵਿਹੜੇ 'ਚ, ਮੈਂ ਗਈ ਤੀ, ਮੈਨੂੰ ਵੀ ਉਹਨਾਂ ਕੁੱਟਿਆ ਬਹੁਤ। ਅੰਦਰੋਂ ਮੇਰਾ ਪੁੱਤਰ ਬਗੀਚਾ ਨਿਕਲਿਆ, ਉਹਨਾਂ ਨੇ ਸੱਟਾਂ ਬੜੀਆਂ ਲਾ ਲਈਆਂ, ਸਾਡੇ ਦੀ ਗੁਆੜੀ ਚੁੱਕੀ, ਸਾਡੇ ਡੰਡੇ ਚੁੱਕੇ, ਸਾਨੂੰ ਉਹਨਾਂ ਮਾਰ ਲਿਆ। ਕੁੜੀਆਂ ਨੂੰ ਉਹਨਾਂ ਬਹੁਤ ਹਾਲਤ ਮਾੜੀ ਕੀਤੀ, ਸਿੱਧੜੀਆਂ ਬਾਲਾ ਲੋਕ ਹੈਗੀਆਂ ਉਹ ਬੋਲਣ ਯੋਗੀਆਂ ਨਹੀਂ ਹੈਗੀਆਂ, ਜਿੰਨੀ ਸੋਚ ਜਾਂਦੀ ਤਾਂ ਅਸੀਂ ਇੰਨਾ ਸਾਡੇ ਨਾਲ ਕੰਮ ਇਹ ਨਹੀਂ ਹੋਣਾ ਸੀ। ਹੈਂ, ਸਾਡੇ ਗੁਰ ਖਾਂਦੇ, ਸਾਡੇ ਗੁਰ ਪੀਂਦੇ, ਸਾਨੂੰ ਵੇਖ ਲੈ, ਇਹਨਾਂ ਸਾਡੇ 'ਤੇ ਇੰਨਾ ਕਾਰਵਾਈ ਕਰ ਲਈ। ਪਹਿਲਾਂ ਵੀ ਕੋਈ ਮਾੜੀ ਨਜ਼ਰ ਰੱਖਦਾ ਸੀ? ਮਾੜੀ ਵੀ ਪਹਿਲੇ ਵੀ ਮਾੜੀ ਮੋਟੀ ਰੱਖਦਾ ਸੀ, ਅਸੀਂ ਆਉਂਦੇ ਸੀ ਚੱਲ ਕੋਈ ਨਹੀਂ, ਗਰੀਬ ਬੇਗੇ ਨੂੰ ਚੱਲ ਪਾਣੀ ਤਾਂ ਪਤਲੇ ਤਾਂ ਕੀ ਹੁੰਦਾ, ਲੋਕੀ ਵੀ ਛਬੀਲਾ ਲਾਈ ਬੈਠਾ ਪੀਂਦੇ ਪਏ, ਪਾਣੀ ਤਾਂ ਕੁਛ ਨਹੀਂ ਹੁੰਦਾ। ਫਿਰ ਨਲਕਾ ਵੀ ਪੁੱਟਣ ਲੱਗ ਪਿਆ ਲੜਾਈ, ਤੇ ਨਲਕਾ ਵੀ ਆਉਂਦਾ ਪੁੱਟਣਾ, ਨਾ ਪੀਣ ਦੇਣਾ ਨਾ ਤੁਹਾਨੂੰ ਪੀਣ ਦੇਣਾ। ਹੋਰ ਸਖ਼ਤ ਕਾਰਵਾਈ ਦੀ ਕੋਈ ਮੰਗ ਕਰਦੇ ਹੋ ਤੁਸੀਂ? ਹਾਂ, ਤੁਸੀਂ ਕੋਈ ਮੰਗ ਕਰਦੇ ਹੋ ਕਾਰਵਾਈ ਦੀ? ਹਾਂ, ਕਰਾਂਗੇ। ਠੀਕ।